ਲਓ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ। ਜਲਦੀ ਜਲਦੀ ਕਿਉਂ ਬੋਲ ਰਹੀ ਹਾਂ? ਗਰਮੀ ਹੈ ਨਾ, ਤਾਂ ਕਰਕੇ। ਗਰਮੀ ਦੇ ਵਿੱਚ ਇੱਕ ਮੇਰਾ ਸੁਝਾਅ ਹੈ ਵੀ ਜਿੰਨੀ ਕੁਕਿੰਗ ਕਰਨੀ ਹੁੰਦੀ ਹੈ ਸਵੇਰੇ ਸਵੇਰੇ ਕਰ ਲਿਆ ਕਰੋ। ਦੋ ਚੀਜ਼ਾਂ ਬਣਾਉਣੀਆਂ, ਇੱਕ ਚੀਜ਼ ਬਣਾਉਣੀ ਹੈ, ਕੁਛ ਵੀ ਬਣਾਉਣਾ ਅਤੇ ਬਣਾ ਕੇ ਰੱਖ ਲਓ, ਤਾਂ ਕਿ ਸਾਰਾ ਦਿਨ ਗਰਮੀ ਦੇ ਵਿੱਚ ਨਾ ਤੁਹਾਨੂੰ ਰਸੋਈਆਂ ਦੇ ਵਿੱਚ ਖੜ੍ਹਾ ਹੋਣਾ ਪਵੇ ਅਤੇ ਨਾ ਹੀ ਬਾਰ ਬਾਰ ਜਿਹੜੀ ਹੈ ਨਾ ਭਾਂਡੇ ਟਿੰਡੇ ਕਰਨੇ, ਹਰ ਚੀਜ਼ ਮੁਸ਼ਕਲ ਹੋਈ ਹੋਈ ਹੈ। ਚਲੋ ਅੱਜ ਬਹੁਤ ਆਸਾਨੀ ਵਾਲੀ ਚੀਜ਼ ਦੱਸਦੀ ਹਾਂ, ਆ ਜਾਓ। ਮੈਂ ਤੁਹਾਨੂੰ ਸਿਖਾਉਣਾ ਹੈ ਵੀ ਦੁੱਧ ਹੋਵੇ ਖਰਾ, ਫੁੱਲ ਫੈਟ ਦੁੱਧ ਹੋਵੇ ਤਾਂ ਪਨੀਰ ਕਿੰਨਾ ਵਧੀਆ ਨਿਕਲ ਜਾਂਦਾ, ਫਟਾਫਟ ਨਿਕਲ ਜਾਂਦਾ, ਘਰੇ ਹੀ ਨਿਕਲ ਜਾਂਦਾ। ਅਤੇ ਜੇ ਬਣਾਉਣੀ ਹੋਵੇ ਭੁਰਜੀ ਤਾਂ ਕੋਈ ਚੱਕਰ ਹੀ ਨਹੀਂ ਹੈ। ਉਬਾਲਾ ਆ ਗਿਆ ਨਾ, ਇਹਨੂੰ ਬੰਦ ਕਰ ਦਿਓ। ਪਨੀਰ ਕੱਢਣ ਵਾਸਤੇ ਇਹਨੂੰ ਆਪਾਂ ਚਲਾਉਣਾ ਨਹੀਂ ਹੈਗਾ। ਅਤੇ ਇਹ ਮੇਰੇ ਕੋਲ ਹੈਗਾ ਔਰਗੈਨਿਕ ਸਿਰਕਾ ਹੇਨਸ ਦਾ, ਇੰਨਾ ਮੈਂ ਪਾਣੀ ਲਿਆ। ਇਹਦੇ ਵਿੱਚ 2 ਚਮਚ ਜਿਹੜਾ ਹੈ ਨਾ ਮੈਂ ਸਿਰਕਾ ਪਾਵਾਂਗੀ। ਅਤੇ ਇਹਨੂੰ ਕੀ ਕਰਨਾ ਤੁਸੀਂ, ਦੁੱਧ ਉਬਲ ਗਿਆ, ਇਹਨੂੰ ਇਹਦੇ ਵਿੱਚ ਜ਼ਰਾ 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 ਪਾਉਂਦੇ ਜਾਵਾਂਗੇ ਅਤੇ ਹਿਲਾਉਂਦੇ ਜਾਵਾਂਗੇ। ਦੇਖੋ ਇੱਦਾਂ ਥੋੜ੍ਹਾ ਥੋੜ੍ਹਾ ਬੂੰਦ ਬੂੰਦ, ਅੱਗ ਬੰਦ ਕਰ ਲਓ ਅਤੇ ਬੂੰਦ ਬੂੰਦ ਪਾਈ ਜਾਓ। ਤੁਸੀਂ ਇਹ ਕੰਮ ਨਿੰਬੂ ਨਾਲ ਵੀ ਕਰ ਸਕਦੇ ਹੋ। ਅਤੇ ਇਹ ਜਿਹੜਾ ਦੁੱਧ ਹੈ ਫੁੱਲ ਫੈਟ ਹੋਏਗਾ ਤਾਂ ਤੁਹਾਨੂੰ ਬਹੁਤ ਵਧੀਆ ਪਨੀਰ ਨਿਕਲੇਗਾ। ਜੇਕਰ ਆਪਾਂ ਮਲਾਈ ਪਹਿਲਾਂ ਉਤਾਰ ਲਈ ਜਾਂ ਆਪਾਂ ਦੂਜਾ ਦੁੱਧ ਲੈ ਲਿਆ, ਫਿਰ ਤਾਂ ਦੇਖੋ ਜੀ ਜਿੰਨੀ ਵਿੱਚ ਫੈਟ ਹੈ ਉਸ ਹਿਸਾਬ ਨਾਲ ਨਿਕਲਣਾ। ਇਹ ਬਸ ਇਹਨੂੰ ਹਿਲਾਉਂਦੇ ਜਾਓਗੇ ਨਾ, ਇਹ ਫੋਟੇ ਦੇ ਬਣਦੇ ਜਾਣਗੇ। ਲਾਸਟ ਅਸੀਂ ਇੰਨਾ ਕੁ ਰਹਿ ਗਿਆ, ਪਾਣੀ ਅਤੇ ਸਿਰਕਾ ਮਿਲਾ ਲਓਗੇ ਨਾ ਤਾਂ ਬੜਾ ਅੱਛੇ ਵਾਲਾ ਪਨੀਰ ਨਿਕਲਦਾ। ਇਕੱਲੇ ਪਨੀਰ ਇਕੱਲਾ ਜੇਕਰ ਆਪਾਂ ਸਿਰਕਾ ਪਾਈਏ ਤਾਂ ਥੋੜ੍ਹਾ ਜਿਹਾ ਹਾਰਡ ਹੋ ਜਾਂਦਾ। ਅਤੇ ਇਹਨੂੰ ਬਸ ਇਵੇਂ ਹਿਲਾਈ ਜਾਓ 1-2 ਮਿੰਟ ਵਾਸਤੇ ਅਤੇ ਪਨੀਰ ਨਿਕਲ ਜਾਏਗਾ। ਦੇਖੋ ਜੀ ਇਹ ਨਿਕਲ ਆਇਆ ਜੇ ਪਨੀਰ, ਠੀਕ ਹੈ। ਇਹਨੂੰ ਮੈਂ ਪਾਣੀ 'ਚੋਂ ਨਹੀਂ ਕੱਢਣਾ ਕਿਉਂਕਿ ਮੈਂ ਤਾਂ ਬਣਾਉਣੀ ਹੈ ਭੁਰਜੀ, ਅਤੇ ਮੈਂ ਤਾਂ ਇਹਦੇ ਵਿੱਚੋਂ ਹੀ ਕੱਢ ਕੇ ਪਾ ਲੈਣੀ ਹੈ, ਬਣਾਉਣੀ ਵੀ ਹੈ ਮੈਂ ਢਿੱਲੀ ਢਿੱਲੀ। ਅਤੇ ਜੇ ਤੁਹਾਨੂੰ ਦੇਖੋ ਬਹੁਤ ਸੋਹਣਾ ਹੈ, ਇਹਨੂੰ ਜੇ ਛਾਣ ਲਓਗੇ ਕੱਪੜੇ 'ਚ ਪਾ ਕੇ ਰੱਖ ਦਿਓਗੇ, ਉੱਤੇ ਥੋੜ੍ਹਾ ਜਿਹਾ ਪਾਰ ਦੇ ਦਿਓਗੇ ਅਤੇ ਬਾਜ਼ਾਰ ਨਾਲੋਂ ਵਧੀਆ ਪਨੀਰ ਖਾ ਲਓਗੇ। ਦੇਸੀ ਘੀ 'ਚ ਮੈਂ ਬਣਾ ਰਹੀ ਹਾਂ ਪਨੀਰ। ਪਨੀਰ ਕਰਦਾ ਤਾਂ ਫਿਰ ਸ਼ੁੱਧ ਕਿਉਂ ਨਾ ਹੋਵੇ। ਇਹਦੇ ਵਿੱਚ ਦੇਸੀ ਘੀ ਪਾ ਲਿਆ, ਗਰਮ ਹੋ ਜਾਂਦਾ, ਅਤੇ ਇਹਦੇ 'ਚ ਅਸੀਂ ਪਾਵਾਂਗੇ ਪਹਿਲਾਂ ਅਦਰਕ, ਪਹਿਲਾਂ ਪਾਵਾਂਗੇ ਥੋੜ੍ਹਾ ਜਿਹਾ ਜੀਰਾ। ਗਰਮੀ ਹੈ, ਫਾਲਤੂ ਦਾ ਸਮਾਨ ਕੋਈ ਨਹੀਂ ਪਾਉਣਾ, ਕੁਛ ਨਹੀਂ ਪਾਉਣਾ, ਜ਼ਰਾ ਕੁ ਜੀਰਾ ਪਾਇਆ। ਜੀਰਾ ਵੈਸੇ ਠੰਡਾ ਹੁੰਦਾ ਜੇ, ਹਾਜ਼ਮੇਦਾਰ ਵੀ ਹੁੰਦਾ ਜੇ। ਅਤੇ ਇਹਦੇ ਵਿੱਚ ਇੰਨੀ ਕੁ ਅਸੀਂ ਅਦਰਕ ਪਾ ਲਿਆ, ਕਿਉਂਕਿ ਲਾਲ ਅਸੀਂ ਪਾਵਾਂਗੇ ਪਿਆਜ਼। ਇਹ ਭੁਰਜੀ ਜੇ ਤੁਸੀਂ ਇੱਕ ਵਾਰੀ ਖਾ ਲਈ ਨਾ, ਮੁੜ ਕੇ ਕੋਈ ਹੋਰ ਖਾਣ ਨੂੰ ਜੀ ਨਹੀਂ ਜੇ ਕਰਨਾ। ਬਹੁਤ ਹੀ ਟੇਸਟੀ ਘਰ ਦੇ ਪਨੀਰ ਦੀ ਵਧੀਆ ਪਿਆਜ਼ਾਂ ਵਾਲੀ। ਹਰੀਆਂ ਮਿਰਚਾਂ ਕੌੜੀਆਂ ਨਹੀਂ ਹੈਗੀਆਂ ਅਤੇ ਅਸੀਂ ਪਾਵਾਂਗੇ ਜ਼ਿਆਦਾ ਸਾਰੀਆਂ। ਕਿੰਨੀਆਂ ਮਿਰਚਾਂ ਪਾ ਦਿੱਤੀਆਂ ਅਤੇ ਇਹਨਾਂ ਨੂੰ ਵਿੱਚੇ ਭੁੰਨ ਲਾਉਣਾ। ਜਦੋਂ ਜਿਹਨੂੰ ਕਾਲਜ ਪੜ੍ਹਦੀ ਸੀ ਨਾ, ਨਾਲ ਆਪਣੀਆਂ ਸਹੇਲੀਆਂ ਨੂੰ ਲੈ ਆਉਂਦੀ ਕਿਸੇ ਵੇਲੇ, ਅਤੇ ਉਹ ਆ ਕੇ ਫਰਮੈਸ਼ ਨਾਲ ਕਹਿੰਦੇ ਵੀ ਆਂਟੀ ਉਹ ਵਾਲੀ ਜਿਹੜੀ ਭੁਰਜੀ ਹੈ ਨਾ ਉਹ ਖਵਾਓ। ਫਿਰ ਮੈਂ ਦੁੱਧ ਕੱਢ ਕੇ ਫੁਟਾ ਕੇ ਅਤੇ ਮੈਂ ਬਣਾਉਂਦੀ, ਅੱਜ ਫਿਰ ਮੈਂ ਉਹੀ ਬਣਾ ਰਹੀ ਹਾਂ। ਅਤੇ ਅੱਜ ਹੁਣ ਕਾਲਜ ਵਿੱਚੋਂ ਤਾਂ ਕੋਈ ਨਹੀਂ ਆਉਂਦਾ, ਪਰ ਚਲੋ। ਭੁਰਜੀ ਦੇ ਵਿੱਚ ਤੁਸੀਂ ਪਿਆਜ਼ਾਂ ਨੂੰ ਲਾਲ ਨਹੀਂ ਕਰਨਾ ਹੈਗਾ, ਸਿਰਫ ਥੋੜ੍ਹੇ ਜਿਹੇ ਪੱਕ ਜਾਣ, ਹਾਫ ਡਨ ਹੋ ਜਾਣ ਨਾ, ਉਦੋਂ ਪਾਓ ਥੋੜ੍ਹਾ। ਅੱਛਾ, ਦੂਜੇ ਅੰਡਾ ਅਤੇ ਪਨੀਰ ਦੀ ਭੁਰਜੀ, ਨਮਕ ਬਹੁਤ
ਥੋੜ੍ਹਾ ਪਾਓ ਅਤੇ ਜ਼ਿਆਦਾ ਸਵਾਦ ਬਣਦੀ ਹੈ, ਅਤੇ ਲਾਲ ਮਿਰਚ ਨਾ ਹੀ ਪਾਓ ਤਾਂ ਚੰਗਾ, ਅਤੇ ਜ਼ਰਾ ਕੁ ਛੁਆਂਦੀ ਛੁਆਂਦੀ ਹਲਦੀ, ਇਹ ਵੀ ਕਸੂਰੀ ਮੇਥੀ, ਕਸੂਰੀ ਮੇਥੀ ਥੋੜ੍ਹੀ ਜਿਹੀ ਪਾ ਦਿਓ, ਖੁਸ਼ਬੂ ਹੀ ਖੁਸ਼ਬੂ, ਅਤੇ ਕੀ ਕਹਿੰਦੇ ਨੇ ਰੰਗ ਚੌਖਾ, ਹਾਂਜੀ, ਅਤੇ ਇਹ ਨੇ ਟਮਾਟਰ, ਇੱਕ ਅੱਧਾ ਵਿੱਚ ਟਮਾਟਰ ਪਾ ਲੈਣਾ, ਪਰ ਟਮਾਟਰ ਪਾਉਣ ਤੋਂ ਬਾਅਦ ਬਹੁਤਾ ਗਲਾਓ ਨਾ, ਬਣ ਜਾਣੀ ਜੇ ਰੰਗ ਬਿਰੰਗੀ ਤੁਹਾਡੀ ਭੁਰਜੀ, ਠੀਕ ਹੈ ਜੀ। ਗਰਮ ਹੈ ਨਾ, ਹੁਣੇ ਹੀ ਕੱਢਿਆ, ਮੇਰਾ ਹੱਥ ਨਹੀਂ ਲੱਗ ਰਿਹਾ, ਇਸ ਕਰਕੇ ਮੈਂ ਇਹਨੂੰ ਇੱਦਾਂ ਪਾ ਰਹੀ ਹਾਂ, ਹੱਥਾਂ ਨਾਲ ਮਰੋੜ ਕੇ ਨਹੀਂ ਪਾ ਰਹੀ। ਚਮਚਾ ਮਲਾਈ ਪਾ ਦਿਓਗੇ ਨਾ, ਫਿਰ ਤਾਂ ਸੋਨੇ 'ਤੇ ਸੁਹਾਗਾ, ਮਰਜ਼ੀ ਹੈ, ਆਪਸ਼ਨਲ ਹੈ, ਸਾਨੂੰ ਚੰਗੀ ਲੱਗਦੀ ਹੈ, ਅਸੀਂ ਖਾਂਦੇ ਹਾਂ ਅਤੇ ਪਾ ਵੀ ਲੈਂਦੇ ਹਾਂ। ਅਤੇ ਇਹ ਦੇਖੋ ਕਿੱਡਾ ਸੋਫਟ ਵਧੀਆ ਪਨੀਰ, ਐਂ ਚਿੱਟਾ ਚਿੱਟਾ, ਹਲਦੀ ਥੋੜ੍ਹੀ ਜਿਹੀ ਘੱਟ ਹੈ, ਮੈਂ ਪਾ ਹੀ ਦਿੰਦੀ ਹਾਂ, ਤੁਸੀਂ ਕਹੋਗੇ ਆਂਟੀ ਪਾਈ ਨਹੀਂ ਹੈ, ਤੁਸੀਂ ਮੈਂ ਜ਼ਰਾ ਕੁ ਹੋਰ ਪਾ ਦਿੰਦੀ ਹਾਂ ਹਲਦੀ, ਅਤੇ ਅਜੇ ਮੇਰਾ ਪਾਉਣ ਵਾਲਾ ਰਹਿੰਦਾ ਗਰਮ ਮਸਾਲਾ, ਥੋੜ੍ਹਾ ਜਿਹਾ ਗਰਮ ਮਸਾਲਾ, ਉਹ ਵੀ ਥੋੜ੍ਹਾ ਜਿਹਾ, ਰੰਗ ਨਾ ਖਰਾਬ ਕਰੋ, ਸਵਾਦ ਵੀ ਨਾ ਖਰਾਬ ਕਰੋ, ਅਤੇ ਫਿਰ ਪਾ ਲਓ ਧਨੀਆ। ਰੰਗ ਬਿਰੰਗੀ ਜਿਹੜੀ ਹੈ ਨਾ ਬਣ ਜਾਂਦੀ ਹੈ, ਕਿਤੇ ਲਾਲ ਦਿਸ ਰਿਹਾ, ਹਰਾ ਦਿਸ ਰਿਹਾ, ਚਿੱਟਾ ਵੀ ਦਿਸ ਰਿਹਾ, ਥੋੜ੍ਹਾ ਜਿਹਾ ਪੀਲਾ ਵੀ ਦਿਸ ਰਿਹਾ, ਬਣ ਗਈ ਭੁਰਜੀ, ਹੋ ਗਈ ਤਿਆਰ। ਲਓ ਜੀ ਭੁਰਜੀ ਜੇ ਤਿਆਰ, ਇਹਨੂੰ ਭਾਵੇਂ ਪਰਾਂਠੇ ਨਾਲ ਖਾ ਲਓ, ਬ੍ਰੈਡ ਨਾਲ ਖਾ ਲਓ, ਫੁਲਕੇ ਨਾਲ ਖਾ ਲਓ, ਜਿਵੇਂ ਮਰਜ਼ੀ ਖਾ ਲਓ, ਨਾ ਕੁਝ ਹੋਵੇ ਤਾਂ ਇੰਝ ਹੀ ਖਾ ਲਓ। ਕਿਆ ਬਾਤ ਆ, ਥੈਂਕ ਯੂ ਵੈਰੀ ਮੱਚ, ਅਤੇ ਪਕਾਓ ਖਾਓ ਆਨੰਦ ਮਾਣੋ, ਸ਼ੁਕਰੀਆ।